ਭਗਵੰਤ ਮਾਨ ਸਰਕਾਰ ਦੇ ਵੱਲੋਂ ਫਸਲਾਂ ਦੀ ਖਰੀਦ ਸਮੇਤ ਕਿਸਾਨਾਂ ਦੀ ਹਰ ਸਮੱਸਿਆ ਦੇ ਹੱਲ ਲਈ ਵੱਡਾ ਉਪਰਾਲਾ। ਮੈਂ ਚੇਅਰਮੈਨ ਸਾਹਿਬ ਨੂੰ ਵਧਾਈ ਦਿੰਦਾ, ਦੂਜੇ ਨੰਬਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ, ਸਾਡੇ ਸੀਐਮ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਇਨਸਾਨ ਨੂੰ ਚੇਅਰਮੈਨ ਚੁਣ ਕੇ ਸਾਡੇ ਵਿੱਚ ਭੇਜਿਆ। ਤੇ ਜਿਹੜਾ ਅੱਜ ਤੁਸੀਂ ਦੇਖ ਹੀ ਲਿਆ ਹੋਣਾ ਕਿ ਕਿਸ ਤਰ੍ਹਾਂ ਅਸੀਂ ਆਪਦੇ ਇੰਤਜ਼ਾਮ ਵੀ ਨਹੀਂ ਪੂਰੇ ਕਰ ਸਕੇ, ਜਿਸ ਤਰ੍ਹਾਂ ਚੇਅਰਮੈਨ ਸਾਹਿਬ ਦਾ ਆਪਦੀ ਸ਼ਖਸੀਅਤ ਦੇ ਹਿਸਾਬ ਨਾਲ ਇਕੱਠ ਹੋਇਆ, ਉਹ ਇੱਕ ਰਿਕਾਰਡ ਸੀ ਕਿ ਇਹ ਦਰਸਾਉਂਦਾ ਸੀ ਕਿ ਪਾਰਟੀ ਦਾ, ਪੰਜਾਬ ਸਰਕਾਰ ਦਾ, ਮਾਨ ਸਾਹਿਬ ਦਾ ਜਿਹੜਾ ਫੈਸਲਾ ਹੈ ਉਹ ਬਿਲਕੁਲ ਸਹੀ ਹੈ। ਲੋਕਾਂ ਨੇ ਅੱਜ ਇਹਦੇ 'ਤੇ ਮੋਹਰ ਲਾ ਦਿੱਤੀ ਕਿ ਜਿਹੜਾ ਚੇਅਰਮੈਨ ਦਾ ਅਹੁਦੇ ਦੇ ਹੱਕਦਾਰ ਸਹੀ ਹੈ, ਹੱਕਦਾਰ ਨੂੰ ਚੇਅਰਮੈਨ ਨਹੀਂ ਦਿੱਤੀ ਗਈ।